ਜਦੋਂ ਵੀ ਮਲਿਕਾ ਨੇ ਉੱਥੇ ਮੈਨੂੰ ਕਹਿਣਾ ਮੰਮੀ ਮੈਂ ਜਿੱਤ ਗਈ ਇਸ ਤਰ੍ਹਾਂ ਕਰਕੇ ਔਰ ਗੋਲਡ ਮੈਡਲ ਲੈ ਲਿਆ ਤੁਸੀਂ ਮੰਨਦੇ ਹੋ ਮੇਰੇ ਪੈਰ ਹੀ ਜ਼ਮੀਨ 'ਤੇ ਨਹੀਂ ਸੀ ਹੁੰਦੇ ਉਸ ਟਾਈਮ ਦੇ ਉੱਤੇ ਮਲਿਕਾ ਇਹ ਹੀ ਕਹਿੰਦੀ ਕਿ ਮੈਂ ਕਿਸੇ ਕੋਲ ਸਿੰਪਥੀ ਨਹੀਂ ਲੈਂਦੀ ਵਿਚਾਰੀ ਵਿਚਾਰੀ ਸ਼ਬਦ ਮੈਨੂੰ ਨਾ ਕੋਈ ਵੀ ਕਵੇ ਕਿਉਂਕਿ ਮੈਂ ਵਿਚਾਰੀ ਨਹੀਂ ਹੈਗੀ ਮੈਂ ਆਪਣੇ ਦੇਸ਼ ਲਈ ਆਪਣੇ ਪੰਜਾਬ ਦੇ ਲਈ ਮੈਡਲ ਲੈ ਕੇ ਆਈ ਹੁਣ ਮੇਰੇ ਬੈਟਲਾਂ ਦਾ ਜੋ ਵੀ ਬੰਦਾ ਹੋਇਆ ਮਾਨ ਸਨਮਾਨ ਹੈ ਉਹ ਮੈਨੂੰ ਦਿੱਤਾ ਜਾਵੇ ਜੋ ਕਿ ਮੈਂ ਆਪਣੀ ਜ਼ਿੰਦਗੀ ਔਰ ਆਪਣੀ ਗੇਮ ਨੂੰ ਅੱਗੇ ਵਧਾ ਸਕਾਂ ਫਿਰ ਇਹੀ ਕਹਿਣ ਲੱਗ ਪਈ ਕਿ ਮੈਂ ਮੈਡਲ ਲੈ ਵੀ ਆਵਾਂਗੀ ਤਾਂ ਕੀ ਕਰਾਂਗੀ ਉਹਦਾ ਮਲਿਕਾ ਦਾ ਕਹਿਣਾ ਹੈ ਕਿ ਮੈਨੂੰ ਇੰਨੇ ਮੈਡਲ ਜਿੱਤਣ ਤੋਂ ਬਾਅਦ ਵੀ ਜਿਹੜਾ ਅਸਲੀ ਅਧਿਕਾਰ ਆ ਮੇਰਾ ਜਾਂ ਮੇਰਾ ਆਉਣ ਵਾਲਾ ਭਵਿੱਖ ਜੋ ਸੁਰੱਖਿਅਤ ਕਰਦਾ ਆ ਕੋਈ ਨੌਕਰੀ ਹੈ ਉਹ ਨਹੀਂ ਮਿਲੀ ਦੂਜੀਆਂ ਸਟੇਟਾਂ ਦੇ ਵਿੱਚ ਵਧੀਆ ਵਧੀਆ ਨੌਕਰੀਆਂ ਮਿਲ ਰਹੀਆਂ ਨੇ ਖਿਡਾਰਨਾਂ ਨੂੰ ਸਭ ਨੂੰ ਮਿਲਦੀਆਂ ਪਈਆਂ ਨੇ ਔਰ ਜਦਕਿ ਮਲਿਕਾ ਸਾਡੀ ਪੰਜਾਬ ਦੀ ਇਕੱਲੀ ਕੁੜੀ ਹੈ ਕਿ ਇੰਡੀਆ ਦੀ ਪਹਿਲੀ ਕੁੜੀ ਹੈ ਜਿਹਨੇ ਗੋਲਡ ਮੈਡਲ ਲਏ ਹੋਏ ਨੇ ਸਭ ਕੁਛ ਲਿਆ ਹੋਇਆ ਹਾਂ ਜਿਹੜੀਆਂ ਕੁੜੀਆਂ ਥਰਡ ਪੋਜੀਸ਼ਨ 'ਤੇ ਆਈਆਂ ਹੋਈਆਂ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਉਹਦੇ ਮੈਡਲ ਵੀ ਵੇਸਟ ਹੈ ਠੀਕ ਮੀਡੀਆ ਆਉਂਦਾ ਫੋਟੋਆਂ ਖਿੱਚਦਾ ਵੀਡੀਓ ਬਣਦੀਆਂ ਸਭ ਕੁਛ ਬਣਦਾ ਹੈ ਕੋਸ਼ਿਸ਼ ਕਰਾਂਗੇ ਕਿ ਸਾਡੀ ਇਹ ਜਿਹੜੀ ਧੀ ਹੈ ਇਹਦੀ ਮਿਹਨਤ ਵਿਅਰਥ ਨਾ ਜਾਵੇ ਇਹ ਵੀਡੀਓ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਦਰਸ਼ਕ ਦੇਖ ਰਹੇ ਨੇ ਸਪੋਕਸਮੈਨ ਟੀਵੀ ਦੇ ਇਸ ਧੀ ਦੇ ਲਈ ਗੌਰਵ ਅਸੀਂ ਕਹਿ ਲਈਏ ਕਿ ਜ਼ਰੂਰ ਮਹਿਸੂਸ ਕਰਿਓ ਤੇ ਸ਼ੇਅਰ ਕਰਿਓ ਕਿ ਸਰਕਾਰਾਂ ਤੱਕ ਆਵਾਜ਼ ਪਹੁੰਚੇ ਅੱਜ 14 ਮਹੀਨੇ ਹੋ ਗਏ ਨੇ ਬੱਚੀ ਘਰ ਦੇ ਵਿੱਚ ਬੈਠੀ ਹੋਈ ਹੈ ਔਰ ਪਰੇਸ਼ਾਨ ਹੋ ਰਹੀ ਹੈ ਸਾਨੂੰ ਬਾਰ ਬਾਰ ਇਹੀ ਪੁੱਛਦੀ ਪਈ ਹੈ ਕਿ ਕਿਉਂ ਮੈਨੂੰ ਤੁਸੀਂ ਸਪੋਰਟਸ ਵਾਲੇ ਪਾਸੇ ਪਾਇਆ ਕਿਉਂਕਿ ਇਹਦੇ ਨਾਲ ਦੀਆਂ ਕੁੜੀਆਂ ਜਿਨ੍ਹਾਂ ਨੇ ਪਲੱਸ ਟੂ ਕੀਤੀ ਹੋਈ ਹੈ ਔਰ ਇਸ ਟਾਈਮ 'ਤੇ ਢੰਗ ਦੀ ਸਰਕਾਰੀ ਨੌਕਰੀ ਕਰ ਰਹੀਆਂ ਨੇ ਨੈਸ਼ਨਲ ਫਲੈਗ ਲੈ ਕੇ ਪਿੱਛੇ ਖੜੀ ਹੁੰਦੀ ਹੈ ਮਲਿਕਾ ਕਿ ਬੜੀ ਜ਼ਿਆਦਾ ਫਖਰ ਵਾਲੀ ਗੱਲ ਸੀ ਉਹਨੇ ਕਦੀ ਇਹ ਸੋਚਿਆ ਹੀ ਨਹੀਂ ਕਿ ਮੈਂ ਬੋਲ ਸੁਣ ਨਹੀਂ ਸਕਦੀ ਬੋਲਦੇ ਬੱਚਿਆਂ ਦੇ ਵਿੱਚ ਵੀ ਉਹਨੇ ਹਜ਼ਾਰਾਂ ਟੂਰਨਾਮੈਂਟ ਖੇਡੇ ਹੋਏ ਨੇ ਬੋਲਦੇ ਬੱਚਿਆਂ ਦੇ ਵਿੱਚ ਵੀ ਪੰਜਾਬ ਦੀ ਨੰਬਰ 1 ਕੁੜੀ ਹੈ ਮਲਿਕਾ ਹਾਂਡਾ ਆਪ ਹੀ ਗਈ ਸੀ ਅਨੁਰਾਗ ਠਾਕੁਰ ਜੀ ਦੇ ਨਾਲ ਮਿਲਣ ਲਈ ਸਾਨੂੰ ਪਤਾ ਲੱਗਾ ਸੀ ਕਿ ਉੱਥੇ ਹੋਟਲ ਦੇ ਵਿੱਚ ਠਹਿਰੇ ਹੋਏ ਨੇ ਰਮਾਡਾ ਹੋਟਲ ਦੇ ਵਿੱਚ ਬੜੀ ਜ਼ਿਆਦਾ ਖੁਸ਼ੀ ਦੀ ਗੱਲ ਹੋਈ ਕਿ ਸਰ ਨੇ ਆਪ ਦਰਵਾਜ਼ਾ ਖੋਲ੍ਹਿਆ ਮਲਿਕਾ ਲਈ ਹਾਂਜੀ ਜਦੋਂ ਉਹਨਾਂ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੁਸੀਂ ਮੰਨਦੇ ਹੋ ਕਿ ਬੰਦਾ ਉੱਥੇ ਹੀ ਇੰਨਾ ਖੁਸ਼ ਹੋ ਗਿਆ ਕਿ ਕਿੰਨੀ ਰਿਸਪੈਕਟ ਮਿਲੀ ਹੈ ਫਿਰ ਉਹਨਾਂ ਨੇ ਇਹਨੂੰ ਨੌਕਰੀ ਦੇ ਬਾਬਤ ਪੁੱਛਿਆ ਕਿ ਤੈਨੂੰ ਨੌਕਰੀ ਕਿਉਂ ਨਹੀਂ ਹਾਲੇ ਤੱਕ ਮਿਲੀ ਕਿ ਨੌਕਰੀ ਦਾ ਤੇਰੀ ਦਾ ਕੀ ਬਣਿਆ ਹਾਲੇ ਤੱਕ ਕਿਉਂਕਿ ਤੈਨੂੰ ਨੈਸ਼ਨਲ ਯੂਥ ਅਵਾਰਡ ਮਿਲਿਆ ਕਾਫੀ ਬੱਚਿਆਂ ਨੂੰ ਨੈਸ਼ਨਲ ਯੂਥ ਅਵਾਰਡੀਆਂ ਨੂੰ ਕਾਫੀਆਂ ਉਹਨਾਂ ਦੀਆਂ ਸਟੇਟਾਂ ਦੇ ਵਿੱਚ ਜਾ ਕੇ ਐਪਰੀਸ਼ੀਏਸ਼ਨ ਮਿਲ ਰਹੀ ਹੈ ਕਈਆਂ ਦੀਆਂ ਟ੍ਰੇਨਾਂ ਟਿਕਟਾਂ ਸਭ ਫ੍ਰੀ ਹੋ ਰਹੀਆਂ ਨੇ ਤੈਨੂੰ ਕੀ ਤੇਰੀ ਸਰਕਾਰ ਨੇ ਕੀਤਾ ਤੇ ਮਲਿਕਾ ਦੇ ਕੋਲ ਉਸ ਟਾਈਮ ਦੇ ਉੱਤੇ ਜਵਾਬ ਸੀ ਕਿ ਕੁਛ ਵੀ ਨਹੀਂ ਸੀ ਜਵਾਬ 2015 'ਚ ਪਹਿਲਾਂ ਏਸ਼ੀਆ 'ਚ ਗੋਲਡ ਮੈਡਲ ਲੈ ਕੇ ਆਈ ਸੀ ਉਦੋਂ ਸਰਕਾਰ ਸੀਗੀ ਸ਼ਾਇਦ ਅਕਾਲੀ ਸਰਕਾਰ ਸੀ ਹਾਂਜੀ ਉੱਥੇ ਵੀ ਅਸੀਂ ਕਾਫੀ ਧੱਕੇ ਖਾਂਦੇ ਰਹੇ ਸਾਡੇ DC ਸਾਹਿਬ ਨੇ ਵੀ ਕਾਫੀ ਇਹਨੂੰ ਐਪਰੀਸ਼ੀਏਟ ਕੀਤਾ ਔਰ ਅੱਗੇ ਗੇਮ ਵਧਾਉਣ ਲਈ ਵੀ ਉਹਨਾਂ ਨੇ ਕੁਛ ਅਮਾਊਂਟ ਕੀਤੀ ਪਰ ਉਹ ਵੀ ਧੱਕੇ ਹੀ ਰਹਿ ਗਏ ਫਾਈਲਾਂ ਹੀ ਰਹਿ ਗਈਆਂ ਕਿੰਨਾ ਮਿਲਿਆ ਕੁਛ ਵੀ ਨਹੀਂ ਸਰਕਾਰਾਂ ਨੇ ਇਹਦੇ ਮਾਨ ਸਨਮਾਨ 'ਤੇ ਬਿਲਕੁਲ ਨਹੀਂ ਕੀਤਾ ਤੁਸੀਂ ਦੇਖੋ ਮਲਿਕਾ ਦੇ ਕੋਲ ਦੂਸਰੀਆਂ ਸਰਕਾਰਾਂ ਨੇ ਉਹਨੂੰ ਇੰਨਾ ਮਾਨ ਸਨਮਾਨ ਕੀਤਾ ਮਲਿਕਾ ਦਾ ਇੱਕੋ ਹੀ ਧਿਆਨ ਹੁੰਦਾ ਸੀ ਕਿ ਉੱਥੇ ਮੈਡਲ ਹੈਗਾ ਮੈਂ ਮੈਡਲ ਲੈ ਕੇ ਆਉਣਾ ਬਸ ਮਲਿਕਾ ਨੂੰ ਸਾਡੇ CM ਜਿਹੜੇ ਸੀਗੇ ਚੰਨੀ ਸਾਹਿਬ ਨੇ ਆਪਣੇ ਉੱਥੇ CM ਆਫਿਸ 'ਚ ਬੁਲਾਇਆ ਸੀ ਔਰ ਮਲਿਕਾ ਨੂੰ ਉੱਥੇ ਇਹਦੀ ਫਾਈਲ ਦੇ ਉੱਤੇ ਸਾਈਨ ਕੀਤੇ ਸੀ ਬਤੌਰ ਕੋਚ ਮਲਿਕਾ ਨੂੰ ਨੌਕਰੀ ਦਿੱਤੀ ਜਾਵੇਗੀ ਔਰ ਇਹ ਵੀ ਗੱਲਬਾਤ ਹੋਈ ਸੀ ਕਿ ਇਹ ਆਪਣੇ ਵਰਗੇ ਬੱਚਿਆਂ ਨੂੰ ਸਿਖਾਏਗੀ ਛੋਟੀਆਂ ਛੋਟੀਆਂ ਬੱਚੀਆਂ ਨੂੰ ਸਿਖਾਏਗੀ ਔਰ ਜਲੰਧਰ DSO ਦਫ਼ਤਰ ਦੇ ਵਿੱਚ ਇਹਨੂੰ ਨੌਕਰੀ ਦਿੱਤੀ ਜਾਵੇਗੀ ਇੱਥੇ ਤੱਕ ਗੱਲਬਾਤ ਹੋਈ ਸੀ ਔਰ ਉਹ ਸਾਈਨਡ ਕਾਪੀ ਸਾਡੇ ਕੋਲ ਪਈ ਵੀ ਹੋਈ ਹੈਗੀ ਹੈ ਮਲਿਕਾ ਸੁਣ ਨਹੀਂ ਸਕਦੀ ਬੋਲ ਨਹੀਂ ਸਕਦੀ ਪਰ ਇਹ ਕਮੀਆਂ ਕੋਹਾਂ ਦੂਰ ਪਿੱਛੇ ਛੱਡ ਕੇ ਉਹਨੇ ਦੇਸ਼ ਦਾ ਨਾਮ ਵਿਦੇਸ਼ਾਂ ਵਿੱਚ ਜਿਹੜਾ ਕਿ ਵੱਡਾ ਕੀਤਾ ਸਿਰ ਉੱਚਾ ਕੀਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ TV ਅਤੇ ਮੈਂ ਹਾਂ ਸੁਰਖਾਬ ਦੋਸਤੋ ਖਿਡਾਰੀਆਂ ਦਾ ਸੰਘਰਸ਼ ਖੇਡ ਮੈਦਾਨ 'ਤੇ ਅਕਸਰ ਦੇਖਣ ਨੂੰ ਮਿਲਦਾ ਆ ਕਿ ਕਿਸ ਤਰੀਕੇ ਦੇ ਨਾਲ ਖੇਡ ਮੈਦਾਨ ਦੀ ਭੱਠੀ ਵਿੱਚ ਤਪ ਕੇ ਉਹ ਆਪਣੇ ਆਪ ਨੂੰ ਤਰਾਸ਼ਦੇ ਨੇ ਅਤੇ ਅੱਗੇ ਜਾ ਕੇ ਸੂਬੇ ਦੀ ਦੇਸ਼ ਦੀ ਸੇਵਾ ਕਰਦੇ ਨੇ ਨਾਮ ਉੱਚਾ ਕਰਦੇ ਨੇ ਪਰ ਬੇਸ਼ੱਕ ਖਿਡਾਰੀਆਂ ਦੇ ਸੰਘਰਸ਼ ਦੀ ਗੱਲ ਕਰ ਲਈ ਜਾਵੇ ਤਾਂ ਹੁਣ ਦਿੱਲੀ ਦੇ ਵਿੱਚ ਜੰਤਰ ਮੰਤਰ ਦੇ ਇੱਕ ਵੱਖਰਾ ਸੰਘਰਸ਼ ਨੂੰ ਵੇਖਣ ਨੂੰ ਮਿਲ ਰਿਹਾ ਹੈ ਕਿ ਖਿਡਾਰੀ ਆਪਣੇ ਹੱਕ ਦੇ ਲਈ ਧਰਨੇ ਲਾ ਰਹੇ ਨੇ ਅਤੇ ਇੱਕ ਅਜਿਹਾ ਹੀ ਸੰਘਰਸ਼ ਪੰਜਾਬ ਦੀ ਇੱਕ ਨੌਜਵਾਨ ਖਿਡਾਰਨ ਹੈ ਮਲਿਕਾ ਹਾਂਡਾ ਉਹ ਕਰ ਰਹੀ ਹੈ ਕਿ ਨੈਸ਼ਨਲ ਅਵਾਰਡ ਜਿੱਤ ਲਏ ਵਿਦੇਸ਼ਾਂ ਤੱਕ ਧਾਕ ਜਮਾ ਲਈ ਪਰ ਅਸਲੀ ਹੱਕ ਜਿਹੜਾ ਕਿ ਆ ਅਧਿਕਾਰ ਹੈ ਜੋ ਉਹ ਨਹੀਂ ਹੁਣ ਮਿਲ ਰਿਹਾ ਦਰ ਦਰ ਸਿਆਸਤਦਾਨਾਂ ਦੇ ਦਰਾਂ ਦੀਆਂ ਠੋਕਰਾਂ ਤਾਂ ਖਾਣੀਆਂ ਪੈ ਰਹੀਆਂ ਨੇ ਹਾਲਾਂਕਿ ਪਿਛਲੀ ਸਰਕਾਰ ਨੇ ਐਲਾਨ ਵੀ ਕੀਤਾ ਪਰ ਉਹ ਐਲਾਨ ਮਹਿਜ਼ ਐਲਾਨ ਬਣ ਕੇ ਰਹਿ ਗਿਆ
उस खिडारन नू हजे तक उहदा बणदा हक नहीं बणिया। मेरे नाल चैस प्लेयर मलिका हांडा आ, उहनां दे माता जी ने रेनू जी। हालांकि मलिका की गल की जाए तो मलिका सुन नहीं सकती, बोल नहीं सकती, पर यह कमियां कोहां दूर पिछे छड़ के उन्हें देश का नाम विदेशों में जिहड़ा कि वड्डा कीता, सिर उच्चा कीता। परिवार नाल गलबात करांगे, कामयाबियां बारे पुछांगे, जो इस वक्त त्रासदी आ उहदे बारे पुछांगे, तो जो संघर्ष अजे भी मलिका का चल रहा उहदे बारे गलबात करांगे। रेनू जी स्वागत है, मलिका जी स्वागत है। रेनू जी हालांकि चलो बच्ची बोल नहीं सकती, सुन नहीं सकती, पर मैनू लगता भी इस चीज़ नूं तां बच्ची ने अज तो 15-20 साल पहला ही पिछे छड़ता कि मेरी कमजोरी नहीं हैगी, मेरी ताकत बहुत वड्डी है। हाँ जी, मलिका ने दरअसल अपनी जिहड़ी सारे लोग इंदी कमजोरी कहिंदे होणगे, पर उहने अपनी इस कमजोरी नूं ही अपनी ताकत बना लिया। उहने कदी इह सोचिया ही नहीं कि मैं बोल सुन नहीं सकदी। बोलदे बच्चियां दे विच वी उहने हजारां टूरनामेंट खेडे होए ने, बोलदे बच्चियां दे विच वी पंजाब दी नंबर 1 कुड़ी है, और बोलदे बच्चियां दे विच ही उहने 10 नैशनल खेडे होए ने, और बहुत ज्यादा इहनूं उत्थों मान सम्मान मिलदा है जदों वी इह जांदी बोलदे बच्चियां दे विच वी। विदेशां दी गल करिए, मलिका विदेशी धरती ते भी देश का नाम रोशन करके आई है, केड़ी केड़ी जगह ते केड़ा केड़ा टूरनामेंट होया जिथे मलिका ने झंडा बुलंद किया? मलिका 2015 तो ही लगातार विदेशों चो जाके लैके आती पई है मैडल। 2015 दे विच एशिया दे विचों वूमन चैंपियनशिप दे विचों गोल्ड मैडल लैके आई सी मंगोलिया दे विचों, और फिर 2016 दे विच आर्मीनिया दे विच गई सी वर्ल्ड चैंपियनशिप खेडन लई, और उत्थों भी गोल्ड मैडल लैके आई सीगी। और फिर 2019 दे विच भी एशिया दे विचों गई सीगी खेडन दे लई, और डिसेबल कैटेगरी दे विचों उत्थों भी सिल्वर मैडल लैके आई। इस तरह ही फिर 2018 दे विच इंग्लैंड दे मैनचेस्टर च गई सी खेडन लई, और उत्थे वर्ल्ड फिडे ओलंपियाड सीगा जिथों मलिका सिल्वर मैडल लैके आई, और वह तो समझ लो चैस वालियां लई एक बड़ा ही समझ लो मान सम्मान वाली गल सीगी कि मलिका जदों गई उत्थे जाके अगे भी यानी कि इधर भी यूक्रेन वाली तो इधर भी यूक्रेन वाली, और विचकार साड़ी पंजाब दी धी सीगी, बड़े एक मान वाली उस टाइम ते गल सीगी। और वर्ल्ड भी जदों जीत के आई सीगी, और जदों की कहिंदे ने अपना नैशनल फ्लैग लैके पिछे खड़ी हुंदी है मलिका, और उस मैं तुहाडे नाल यादां ताजियां कर रही हाँ कि बड़ी ज़्यादा फखर वाली गल सी। और उधर दे सारे कहिंदे सी क्योंकि ये जिहड़ी गेम है शुरू तो तमिलनाडु साउथ दे विच हुंदी है, और उत्थे दियां कुड़ियां सारियां कहिंदियां कि तू तमिलनाडु वाली तो लगती नहीं पई हैगी क्योंकि चेहरे मोहरे दे उत्तों जिस तरह की। तो बच्ची ने उस टाइम तो बड़े फखर नाल किया सी कि मैं पंजाब दी धी हां, और पंजाबना इस तरह ही हुंदियां ने सोहणियां सुनखियां। बिल्कुल गल बिल्कुल सही है कि साउथ दे एरिए दी इह गेम मन्नी जांदी है, पंजाबियों नूं जोर लई मन्निया जांदा, हालांकि इह गेम तां दिमाग दी आ, इक सियासी पैंतड़े बहुत हुंदे ने। पर जदों असीं पूरे करियर वल मलिका दे करियर वल झात मारदे आ, उह करियर सूबे लई बहुत वड्डा आ, देश लई बहुत वड्डा आ, माँ प्यो लई सब तो वध वड्डा होवेगा उह करियर। माँ प्यो नूं किन्नी खुशी हुंदी आ जदों जांदी आ मलिका ते गले च मैडल हुंदा आउंदे समें? बहुत ज़्यादा खुशी हुंदी सी जदों भी मलिका ने उत्थे मैनूं कहना मम्मी मैं जीत गई इस तरह करके, और गोल्ड मैडल ले लिया। तुसी मनदे हो मेरे पैर ही जमीन ते नहीं सी हुंदे उस टाइम दे उत्ते, सारा परिवार सारे आंढी गवांढी सारा मीडिया मीडिया इन्ना खुश हुंदा सी कि साडी पंजाब दी धी जाके इन्नियां मल्लां मारदी पई है, और साडा नाम जाके इन्ना रोशन कर रही हैगी है। बहुत ज़्यादा खुशी हुंदी सी। एज ए प्लेयर मलिका भी इन्नी कु खुश हुंदी सी है ना, ਉਹਨੂੰ ਹੁੰਦਾ ਸੀ ਕਿ ਮੈਂ ਹੁਣ ਜਦੋਂ ਜਾਣਾ ਮੈਂ ਲੈ ਕੇ ਹੀ ਆਉਣਾ। ਮਲਿਕਾ ਦਾ ਤਾਂ ਕੋਈ ਹੋਰ ਧਿਆਨ ਹੁੰਦਾ ਹੀ ਨਹੀਂ ਸੀ, ਜਿਸ ਤਰ੍ਹਾਂ ਲੜਕੀਆਂ ਹੁੰਦੀਆਂ ਕੋਈ ਕੱਪੜੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਸੀ ਹੁੰਦਾ। ਮਲਿਕਾ ਦਾ ਇੱਕੋ ਹੀ ਧਿਆਨ ਹੁੰਦਾ ਸੀ ਕਿ ਉੱਥੇ ਮੈਡਲ ਹੈਗਾ, ਮੈਂ ਮੈਡਲ ਲੈ ਕੇ ਆਉਣਾ, ਬਸ ਇੱਕੋ ਹੀ ਇਹਦੀ ਸੀ। ਜੇ ਨੈਸ਼ਨਲ 'ਚ ਜਾਣਾ ਤਾਂ ਉੱਥੋਂ ਵੀ ਮੈਡਲ ਲੈ ਕੇ ਆਉਣਾ, ਜੇ ਇੰਟਰਨੈਸ਼ਨਲ 'ਚ ਜਾਣਾ ਤਾਂ ਮੈਡਲ ਲੈ ਕੇ ਆਉਣਾ। ਇਹਨੂੰ ਕੁਛ ਹੋਰ ਸੋਚਣ ਦਾ ਸੀ ਨਾ ਹੀ, ਤਾਂ ਇਹਨੂੰ ਕਦੀ ਕੁਛ ਇਹਨੂੰ ਦੱਸਿਆ ਸੀ ਕਿ ਕੀ ਕਰਨੇ ਆ ਅਸੀਂ, ਕਿਸ ਤਰ੍ਹਾਂ ਤੇਰੇ ਮੈਡਲਾਂ ਦਾ ਇੰਤਜ਼ਾਮ ਕਰਦੇ ਆ, ਇਹਦੇ ਪਾਪਾ ਕੀ ਕਰਦੇ ਨੇ। ਇਸ ਬੱਚੀ ਨੂੰ ਅਸੀਂ ਕਦੀ ਇਸ ਤਰ੍ਹਾਂ ਦੇ ਵਿਚਾਰਾਂ ਵੱਲ ਜਾਣ ਹੀ ਨਹੀਂ ਸੀ ਦਿੱਤਾ, ਬਸ ਫੋਕਸ ਇਹਦਾ ਰਹਿੰਦਾ ਸੀ ਕਿ ਹਾਰਡ ਵਰਕ ਕਰ ਔਰ ਮੈਡਲ ਲੈ ਕੇ ਆ, ਬਸ ਹਾਰਡ ਵਰਕ ਕਰ ਮੈਡਲ ਲੈ ਕੇ ਆ।
ਉਹੀ ਹੁਣ ਤੁਸੀਂ ਦੇਖ ਲਓ ਉਹਦਾ ਬੂਸਟ ਅਪ ਜਿਹੜਾ ਕਿ ਕਿਸ ਤਰ੍ਹਾਂ ਡਾਊਨ ਹੋਇਆ ਪਿਆ ਹੈ, ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਮਲਿਕਾ ਇਸ ਵਕਤ ਨਿਰਾਸ਼ ਹੈ। ਹਾਂਜੀ ਹਾਂਜੀ, ਨਿਰਾਸ਼ ਇਸ ਗੱਲ ਤੋਂ ਹੈ ਜਿਵੇਂ ਕਿ ਅਸੀਂ ਸ਼ੁਰੂਆਤ ਕੀਤਾ ਇਸ ਇੰਟਰਵਿਊ ਦਾ, ਮਲਿਕਾ ਨੇ ਦੇਸ਼ਾਂ ਵਿਦੇਸ਼ਾਂ 'ਚ ਮੱਲਾਂ ਮਾਰੀਆਂ, ਨੈਸ਼ਨਲ ਅਵਾਰਡ ਮਲਿਕਾ ਨੂੰ ਮਿਲਿਆ ਹੋਇਆ। ਬੇਸ਼ੱਕ ਪੰਜਾਬ ਦਾ ਸੂਬੇ ਦਾ ਅਵਾਰਡ ਕੋਈ ਨਹੀਂ ਹਜੇ ਤੱਕ ਮਿਲ ਸਕਿਆ, ਪਰ ਨੈਸ਼ਨਲ ਅਵਾਰਡ ਵੀ ਇੱਕ ਆਪਦੇ ਆਪ ਦੇ ਇੱਕ ਮੁਕਾਮ ਰੱਖਦਾ। ਮਲਿਕਾ ਦਾ ਕਹਿਣਾ ਹੈ ਕਿ ਮੈਨੂੰ ਇੰਨੇ ਮੈਡਲ ਜਿੱਤਣ ਤੋਂ ਬਾਅਦ ਵੀ ਜਿਹੜਾ ਅਸਲੀ ਅਧਿਕਾਰ ਆ ਮੇਰਾ ਜਾਂ ਮੇਰਾ ਆਉਣ ਵਾਲਾ ਭਵਿੱਖ ਜੋ ਸੁਰੱਖਿਅਤ ਕਰਦਾ ਆ, ਕੋਈ ਨੌਕਰੀ ਹੈ ਉਹ ਨਹੀਂ ਮਿਲੀ। ਕਿੰਨੇ ਚਿਰ ਤੋਂ ਸੰਘਰਸ਼ ਕਰ ਲਈ ਹੈ ਨੌਕਰੀ ਲਈ? ਸਮਝ ਲਓ ਜੀ, 2015 'ਚ ਪਹਿਲਾ ਏਸ਼ੀਆ 'ਚ ਗੋਲਡ ਮੈਡਲ ਲੈ ਕੇ ਆਈ ਸੀ। ਉਦੋਂ ਸਰਕਾਰ ਸੀਗੀ ਸ਼ਾਇਦ ਅਕਾਲੀ ਸਰਕਾਰ ਸੀ, ਪ੍ਰਕਾਸ਼ ਸਿੰਘ ਬਾਦਲ। ਹਾਂਜੀ ਹਾਂਜੀ, ਉੱਥੇ ਵੀ ਅਸੀਂ ਕਾਫੀ ਧੱਕੇ ਖਾਂਦੇ ਰਹੇ। ਸਾਡੇ ਡੀਸੀ ਸਾਹਿਬ ਨੇ ਵੀ ਕਾਫੀ ਇਹਨੂੰ ਐਪਰੀਸ਼ੀਏਟ ਕੀਤਾ ਔਰ ਅੱਗੇ ਗੇਮ ਵਧਾਉਣ ਲਈ ਵੀ ਉਹਨਾਂ ਨੇ ਕੁਛ ਅਮਾਊਂਟ ਕੀਤੀ, ਪਰ ਉਹ ਵੀ ਧੱਕੇ ਹੀ ਰਹਿ ਗਏ, ਫਾਈਲਾਂ ਹੀ ਰਹਿ ਗਈਆਂ। ਫਿਰ ਅਸੀਂ ਕਾਂਗਰਸ ਸਰਕਾਰ ਦੇ ਜਦੋਂ ਜਾਂਦੇ ਰਹੇ ਹਾਂ, ਕੈਪਟਨ ਅਮਰਿੰਦਰ ਸੀਗੇ ਉੱਥੇ ਵੀ ਜਾਂਦੇ ਰਹੇ ਹਾਂ, ਰਾਣਾ ਗੁਰਮੀਤ ਸਿੰਘ ਸੋਢੀ ਸੀਗੇ ਉਦੋਂ ਸਪੋਰਟਸ ਮਿਨਿਸਟਰ, ਅਸੀਂ ਉਹਨਾਂ ਕੋਲ ਜਾਂਦੇ ਰਹੇ ਹਾਂ ਔਰ ਉਹਨਾਂ ਨੇ ਇੱਕੋ ਹੀ ਗੱਲ ਕਹੀ, ਬੱਚੇ ਤੂੰ ਮਿਹਨਤ ਹੋਰ ਕਰ, ਹੋਰ ਮੈਡਲ ਲੈ ਕੇ ਆ ਔਰ ਤੂੰ ਗ੍ਰੈਜੂਏਸ਼ਨ ਵੀ ਕਰ। ਔਰ ਮਲਿਕਾ ਉਹਨਾਂ ਦੇ ਕਹਿਣ ਦੇ ਅਨੁਸਾਰ ਮਲਿਕਾ ਨੇ ਗ੍ਰੈਜੂਏਸ਼ਨ ਵੀ ਕਰ ਲਈ, ਸਭ ਕੁਛ ਕਰ ਲਿਆ, ਪਰ ਫਿਰ ਸਮਝ ਲਓ ਕਿ ਮਲਿਕਾ ਦੇ ਸਮਝ ਲਓ ਕਿ ਕੁਛ ਵੀ ਨਹੀਂ ਬਣਿਆ, ਨਾ ਸਰਕਾਰੀ ਨੌਕਰੀ ਦਿੱਤੀ ਨਾ ਕਾਂਗਰਸ ਸਰਕਾਰ ਨੇ। ਫਿਰ ਐਟ ਦਾ ਮੀਨ ਟਾਈਮ ਮਲਿਕਾ ਕਾਫੀ ਜ਼ਿਆਦਾ ਪਰੇਸ਼ਾਨ ਹੋ ਕੇ ਇਹਨੇ ਇੱਕ ਫਿਰ ਜਦੋਂ ਕਿ ਸਮਝ ਲਓ ਕਿ ਬਿਲਕੁਲ ਹੀ ਟੁੱਟ ਚੁੱਕੀ ਸੀ ਮਲਿਕਾ, ਸਰਕਾਰਾਂ ਦਫ਼ਤਰਾਂ ਦੇ ਜਾ ਕੇ ਧੱਕੇ ਖਾ ਖਾ ਕੇ ਅਸੀਂ ਥੱਕ ਚੁੱਕੇ ਸੀ। ਔਰ ਬੱਚੀ ਨੇ ਫਿਰ ਉਸ ਟਾਈਮ 'ਤੇ ਇੱਕ ਵੀਡੀਓ ਪਾਈ ਸੀ ਕਿ ਮੇਰੇ ਵੇਸਟ ਹੋ ਗਈ ਮੇਰੀ ਜ਼ਿੰਦਗੀ ਸਾਰੀ। ਹੁਣ ਵੀ ਸਮਝ ਲਓ ਵੇਸਟ ਹੀ ਹੈ, ਉਹਦੇ ਮੈਡਲ ਵੀ ਵੇਸਟ ਹੈ। ਠੀਕ, ਮੀਡੀਆ ਆਉਂਦਾ, ਫੋਟੋਆਂ ਖਿੱਚਦਾ, ਵੀਡੀਓ ਬਣਦੀਆਂ, ਸਭ ਕੁਛ ਬਣਦਾ। ਕੋਸ਼ਿਸ਼ ਕਰਾਂਗੇ ਕਿ ਸਾਡੀ ਇਹ ਜਿਹੜੀ ਧੀ ਹੈ ਇਹਦੀ ਮਿਹਨਤ ਵਿਅਰਥ ਨਾ ਜਾਵੇ। ਇਹ ਵੀਡੀਓ ਜਿੰਨੇ ਵੀ ਸਰੋਤੇ ਦੇਖ ਰਹੇ ਨੇ, ਦਰਸ਼ਕ ਦੇਖ ਰਹੇ ਨੇ ਸਪੋਕਸਮੈਨ ਟੀਵੀ ਦੇ, ਇਸ ਧੀ ਦੇ ਲਈ ਗੌਰਵ ਅਸੀਂ ਕਹਿ ਲਈਏ ਕਿ ਜ਼ਰੂਰ ਮਹਿਸੂਸ ਕਰਿਓ ਅਤੇ ਸ਼ੇਅਰ ਕਰਿਓ ਕਿ ਸਰਕਾਰਾਂ ਤੱਕ ਆਵਾਜ਼ ਪਹੁੰਚੇ। ਪਰ ਤੁਸੀਂ ਗੱਲ ਕਰ ਰਹੇ ਸੀ ਕਿ ਕੈਪਟਨ ਅਮਰਿੰਦਰ, ਹਾਲਾਂਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਵੱਲੋਂ ਕੋਈ ਪੱਤਰ ਵੀ ਜਾਰੀ ਕੀਤਾ ਗਿਆ ਸੀ ਨੌਕਰੀ ਦਾ, ਉਹ ਕੀ ਸੀ ਅਤੇ ਹਜੇ ਤੱਕ ਉਹ ਐਲਾਨ ਬਣ ਕੇ ਰਹਿ ਗਿਆ? ਹਾਂਜੀ, ਮਲਿਕਾ ਨੂੰ ਸਾਡੇ CM ਜਿਹੜੇ ਸੀਗੇ ਚੰਨੀ ਸਾਹਿਬ ਨੇ ਆਪਣੇ ਉੱਥੇ CM ਆਫਿਸ 'ਚ ਬੁਲਾਇਆ ਸੀ ਔਰ ਮਲਿਕਾ ਨੂੰ ਉੱਥੇ ਇਹਦੀ ਇਸ ਫਾਈਲ ਦੇ ਉੱਤੇ ਸਾਈਨ ਕੀਤੇ ਸੀ, ਬਤੌਰ ਕੋਚ ਮਲਿਕਾ ਨੂੰ ਨੌਕਰੀ ਦਿੱਤੀ ਜਾਵੇਗੀ ਔਰ ਇਹ ਵੀ ਗੱਲਬਾਤ ਹੋਈ ਸੀ ਕਿ ਇਹ ਆਪਣੇ ਵਰਗੇ ਬੱਚਿਆਂ ਨੂੰ ਸਿਖਾਏਗੀ, ਛੋਟੀਆਂ ਛੋਟੀਆਂ ਬੱਚੀਆਂ ਨੂੰ ਸਿਖਾਏਗੀ ਔਰ ਜਲੰਧਰ DSO ਦਫ਼ਤਰ ਦੇ ਵਿੱਚ ਇਹਨੂੰ ਨੌਕਰੀ ਦਿੱਤੀ ਜਾਵੇਗੀ। ਇੱਥੇ ਤੱਕ ਗੱਲਬਾਤ ਹੋਈ ਸੀ ਔਰ ਉਹ ਸਾਈਨਡ ਕਾਪੀ ਸਾਡੇ ਕੋਲ ਪਈ ਵੀ ਹੋਈ ਹੈਗੀ ਹੈ ਅਤੇ ਉੱਥੇ ਵੀ ਪਈ ਹੋਏਗੀ, ਜੋ ਵੀ ਉੱਥੇ DSO ਦਫ਼ਤਰ ਹੈਗਾ ਉੱਥੇ ਵੀ ਪਈ ਹੋਏਗੀ। ਪਰ ਸਮਝ ਲਓ ਕਿ ਉਹ ਫਾਈਲ ਇਸ ਤਰ੍ਹਾਂ ਹੀ ਰੁਲਦੀ ਪਈ ਹੈ, ਕੋਈ ਉਹਦੇ 'ਤੇ ਕੋਈ ਅਗਲੀਆਂ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਸੀ ਕਿ ਇਸ ਬੱਚੀ ਨੂੰ ਅੱਜ 14 ਮਹੀਨੇ ਹੋ ਗਏ ਨੇ, ਬੱਚੀ ਘਰ ਦੇ ਵਿੱਚ ਬੈਠੀ ਹੋਈ ਹੈ ਔਰ ਪਰੇਸ਼ਾਨ ਹੋ ਰਹੀ ਹੈ, ਸਾਨੂੰ ਬਾਰ ਬਾਰ ਇਹੀ ਪੁੱਛਦੀ ਪਈ ਹੈ ਕਿ ਕਿਉਂ ਮੈਨੂੰ ਤੁਸੀਂ ਸਪੋਰਟਸ ਵਾਲੇ ਪਾਸੇ ਪਾਇਆ, ਕਿਉਂਕਿ ਇਹਦੇ ਨਾਲ ਦੀਆਂ ਕੁੜੀਆਂ ਜਿਨ੍ਹਾਂ ਨੇ +2 ਕੀਤੀ ਹੋਈ ਹੈ ਔਰ ਇਸ ਟਾਈਮ 'ਤੇ ਢੰਗ ਦੀ ਸਰਕਾਰੀ ਨੌਕਰੀ ਕਰ ਰਹੀਆਂ ਨੇ, ਦੂਜੀਆਂ ਸਟੇਟਾਂ ਦੇ ਵਿੱਚ ਵਧੀਆ ਵਧੀਆ ਨੌਕਰੀਆਂ ਮਿਲ ਰਹੀਆਂ ਨੇ, ਖਿਡਾਰਨਾਂ ਨੂੰ ਸਭ ਨੂੰ ਮਿਲਦੀਆਂ ਪਈਆਂ ਨੇ। ਔਰ ਜਦਕਿ ਮਲਿਕਾ ਸਾਡੀ ਪੰਜਾਬ ਦੀ ਇਕੱਲੀ ਕੁੜੀ ਹੈ ਕਿ ਇੰਡੀਆ ਦੀ ਪਹਿਲੀ ਕੁੜੀ ਹੈ ਜਿਹਨੇ ਗੋਲਡ ਮੈਡਲ ਲਏ ਹੋਏ ਨੇ, ਸਭ ਕੁਛ ਲਿਆ ਹੋਇਆ। ਹਾਂ, ਜਿਹੜੀਆਂ ਕੁੜੀਆਂ 3rd ਪੋਜੀਸ਼ਨ 'ਤੇ ਆਈਆਂ ਹੋਈਆਂ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਹੋਈਆਂ ਨੇ। ਰੇਨੂ ਜੀ, ਨੌਕਰੀ ਨਾ ਦੇਣ ਦਾ ਕਾਰਨ ਕੀ ਕਹਿੰਦੇ ਨੇ? ਕਿਉਂਕਿ ਜੇ ਮੁੱਖ ਮੰਤਰੀ ਨੇ ਸਾਈਨ ਕਰਤੀ ਚਿੱਠੀ, 14 ਮਹੀਨੇ 15 ਮਹੀਨੇ ਸਰਕਾਰ ਨੂੰ ਵੀ ਹੋ ਗਏ, ਤੁਸੀਂ ਪਹੁੰਚ ਕੀਤੀ ਹੋਣੀ ਹੈ, ਕੋਈ ਰੀਜ਼ਨ ਤਾਂ ਕਹਿੰਦੇ ਹੋਣੇ ਵੀ ਬਈ ਇਸ ਕਰਕੇ ਨੌਕਰੀ ਨਹੀਂ ਮਿਲ ਰਹੀ? ਇਹੀ ਕਹਿੰਦੇ ਕਿ ਪੋਲਿਸੀ ਬਣਨੀ ਹੈ ਔਰ ਪੋਲਿਸੀ ਅਸੀਂ ਵੇਟ ਕਰਕੇ ਦੱਸੋ, ਤੁਸੀਂ ਸਾਰਿਆਂ ਲਈ ਪੋਲਿਸੀਆਂ ਬਣ ਗਈਆਂ, ਇੱਕ ਇਹਨਾਂ ਬੱਚਿਆਂ ਲਈ ਪੋਲਿਸੀ ਨਹੀਂ ਬਣਨੀ ਜਿਹੜੇ ਬੋਲਦੇ ਸੁਣਦੇ ਨਹੀਂ ਗੇ ਹੈਗੇ, ਅਤੇ ਵੈਸੇ ਤਾਂ ਪੋਲਿਸੀਆਂ ਦੀ ਐਡੀ ਜ਼ਿਆਦਾ ਲੋੜ ਹੀ ਨਹੀਂ ਹੈਗੀ, ਕਿਉਂਕਿ ਜਦ ਇਹ ਬੱਚੇ ਵੀ ਦੂਸਰੇ ਬੱਚਿਆਂ ਵਾਂਗ ਮਿਹਨਤ ਕਰਦੇ ਨੇ, ਇਹਨਾਂ ਉਹਨਾਂ ਵਾਂਗ ਹੀ ਮੈਡਲ ਲੈ ਕੇ ਆਉਂਦੇ ਨੇ, ਉਹਨਾਂ ਵਾਂਗ ਸਗੋਂ ਇਹਨਾਂ ਦੀ ਉਹਨਾਂ ਨਾਲੋਂ ਜ਼ਿਆਦਾ ਮਿਹਨਤ ਹੈ, ਕਿਉਂਕਿ ਉਹ ਬੋਲ ਵੀ ਸੁਣਦੇ ਨੇ ਔਰ ਸੁਣ ਵੀ ਸਕਦੇ ਨੇ। ਇਹਨਾਂ ਨੂੰ ਦੇਖੋ ਕੋਚਿੰਗ ਦੇ ਵਿੱਚ ਵੀ ਕਿੰਨੀ ਮੁਸ਼ਕਲ ਆਉਂਦੀ ਹੋਏਗੀ ਕਿ ਇਹ ਕੋਚ ਵੀ ਨਹੀਂ ਰੱਖ ਸਕਦੇ ਅਸੀਂ ਇਹਨਾਂ ਦਾ, ਕਿਉਂਕਿ ਜਿੰਨੇ ਵੀ ਕੋਚ ਹੁੰਦੇ ਨੇ ਬੋਲਦੇ ਸੁਣਦੇ ਹੁੰਦੇ ਨੇ ਔਰ ਬੋਲਦਾ ਸੁਣਦਾ ਕੋਚ ਜਿਹੜਾ ਇਸ ਬੱਚੇ ਨੂੰ ਸਮਝਾ ਨਹੀਂ ਸਕਦਾ, ਉਹਨੇ ਆਪਣੀ ਗੱਲਬਾਤ ਨਹੀਂ ਇਹਨੂੰ ਸਮਝਾ ਸਕਦਾ, ਇਹ ਬੱਚੇ ਦੀ ਜਿਹੜੀ ਆਪਣੀ ਸੈਲਫ ਮਿਹਨਤ ਦੇ ਨਾਲ ਹੀ ਬੱਚੀ ਅੱਗੇ ਵਧੀ ਹੋਈ ਹੈ। ਮਲਿਕਾ ਕੋਲੇ ਪੁੱਛੂੰਗਾ, ਮਲਿਕਾ ਟ੍ਰੇਨਿੰਗ ਕੋਚਿੰਗ ਕਿਵੇਂ
लेने हो क्या किस तरीके दे नाल कोई कोच नहीं हैगा मेरा कह रही है मलिका मैं खुद दी अपनी दिमाग दे ही घोड़े दलानी रहनी हाँ और अपनियां किताबां जेड़ियां मैं चेन्नई वगैरह तो खरीद के लियाई हुई हाँ और वधिया प्लेयर ने कई ने मैनू किताबां दित्तियां हुई ने उन्हां तो प्रैक्टिस करती हैगी और मेन गल मलिका जदों नॉर्मल बच्चों के जाके ओपन टूरनामेंट्स खेडदी सी अंडर 25 अंडर 19 अंडर काफ़ी सारे खेडती होंगी सी उतों सीख सीख के आती सी जिन्हें भी पंजाब के बेस्ट प्लेयर है मलिका दे नाल खेडे हुए ने चाहे मलिका उन्हां नाल हारी होवे चाहे जित्ती होवे मलिका उन्हां दे कोलों सीख के ही आई है और उन्होंने मलिका नू टेबल दे उत्ते ही सिखाया कि बच्चे तू ये गलती की सी तू हारी सी तू ये वधिया काम किया तू जित्ती सी मैं इस गल दे उत्ते हार गया वा मौजूदा सरकार मैं हुण जे गल करां तां जलंधर च प्रचार चलदा सी किदे किदे नाल मुलाकात कीती या किने किने मलिका हांडा नूं रिकमेंड कीता मलिका हांडा आप ही गई सी अनुराग ठाकुर जी दे नाल मिलन लई सानूं पता लगा सी कि उत्थे होटल दे विच ठहरे होए ने रमाडा होटल दे विच असी उत्थे चारे जने चले गए और उत्थे बाहर सिक्योरिटी खड़ी सी ते एक दो बंदे खड़े सी ते उन्हां नूं असी जाके दस्या ते ओह कहिंदे जी हाले अंदर मीडिया हैगा ते तुसीं 10-15 मिनट रुक जाओ असी 10-15 मिनट रुके ते ओह जिहड़े बाहर आदमी सी उन्हां ने अंदर जाके दस्या कि मलिका हांडा मिलन आई बड़ी ज़्यादा खुशी की गल हुई कि सर ने आप दरवाजा खोलिया मलिका लई हाँ जी जदों उन्होंने अपने कमरे का दरवाजा खोलिया तुसीं मन दिओ कि बंदा उत्थे ही इन्ना खुश हो गया कि किन्नी रिस्पैक्ट मिली है और अंदर जाके उन्होंने मलिका नूं कहा कि हाँ जी मैं तैनू ही नैशनल यूथ अवार्ड जिहड़ा जनवरी दे विच दित्ता है मैनू याद हैगा क्योंकि मैं ही दिता सी और मैनू पता सी कि मेरे पंजाब की धी मेरे जलंधर की धी नूं मिल रहा है और मेरे माइंड दे विच तू सीगी फिर उन्होंने इनू नौकरी दे बाबत पुछया कि तैनू नौकरी क्यों नहीं हाले तक मिली कि नौकरी दा तेरी दा की बनिया हाले तक क्योंकि तैनू नैशनल यूथ अवार्ड मिले काफ़ी बच्चों नैशनल यूथ अवार्डियां काफ़ी उन्हों स्टेटा दे विच जाके एप्रीशिएशन मिल रही है कई दिया ट्रेन टिकटा सब फ्री हो रही ने तैनू की तेरी सरकार ने किया तो मलिका दे कोल उस टाइम के उत्ते जवाब सी कि कुछ भी नहीं सी जवाब कि फिर असी उन्होंने दसिया कि सरकार ने नौकरी इनकी की हुई है और उन्होंने उस टाइम तो भरोसा दिलाया कि असी भगवंत मान सीएम सर नाल वह परसनली गल करनगे मलिका दे लई और तां जो मलिका वर्गे हुनहार बच्चे जड़े ने वह गेम छड्डन वल ना जान असी भी नहीं चाहते कि मलिका गेम छड़े मलिका होरना खिडारना लई खिडारियां लई प्रेरणा बने साडी तां दुआवां साडी तां अरदास ही है पर संघर्ष मलिका दा कल्ली दा नहीं है संघर्ष पूरे हांडा परिवार दा तुहाडा ज़्यादा आ इन्हां दे पिता दा ज़्यादा आ खर्चा जदों बाहर जाना वह बहुत हुंदा होगा वह मलिका दे कदे बोझ नहीं पिया होना मैनूं पता लग गया किवें इकट्ठा करदे रहे हो ये इन्दे पापा नूं ही पता है राती 2-2 बजे तक 3-3 बजे तक काम करके बच्ची दे जो भी सपने सी वो पूरे किते ने उन्होंने क्योंकि पापा इन्दे बहुत मेहनती हैगे ने और उन्होंने इनू कदी भी पैसे वालों कोई तंगी नहीं आन दिती पर बच्ची है हुण वड्डी भी हो गई है हुण उन्हूं पैसे की वैल्यू भी समझ आ गई है उन्हूं ये चीज़ों का पता लग चुका है कि पैसा बहुत जरूरी है पैसा कमाना भी बहुत जरूरी है इन्हूं हुण अपने आने वाले फ्यूचर की चिंता भी रहिंदी है कि मैं कहिंदी एक 10,000 तक नहीं महीने दे कमा सकती पई हैगी तो तुसीं मेरे उत्ते इन्ना खर्चा किया और थोड़ा जिहा टर्निंग पॉइंट इन दी लाइफ च उदों आया सी कि जदों मैनूं कोविड होया सी उदों मलिका ने अपने पापा नूं जगह जगह तो पैसे लेंदिया देखिया क्योंकि उस टाइम के उत्ते मैं होस्पिटलाइज सीगी और काफ़ी खर्चा होया और उस टाइम ते मलिका ने यह सोचा कि जे मेरे पापा ने मेरे टूरनामेंटा ते पैसे ना खर्च किते होंदे ते अज मेरी मम्मी का इलाज उन कराने लग्या उन्होंने सोचना ना पैंदा ता ही मलिका उस नालों बाद ही अपना सरकार दे कोलों यही कहन लग पई कि मैनू नौकरी दिती जावे ता जो मैं अपने माँ प्यो का ध्यान रख सकाँ अपना ध्यान रख सकाँ क्योंकि मलिका तुसी मैं तुहानू हले भी कहा कि मलिका यही कह रही है कि मैनू जो भी है होर बच्चियां नू सारी सरकारां नौकरियां दिंदियां ने और जो भी उन्हां दा बंदा मान सम्मान कैश अवार्ड दिंदियां ने अज मलिका कित्थे खड़ी है कैश अवार्ड हुण तक किन्ना मिलिया कुछ भी नहीं सरकारां ने इहदे मान सम्मान ते बिलकुल नहीं कीता तुसी देखो मलिका दे कोल दूसरियां सरकारां ने उहनू इन्ना मान सम्मान कीता है कर्नाटका गई है उत्थे जाके उत्थे वेलकम होया एयरपोर्ट तो ही वेलकम होया जदों अवार्ड लैन लई गई है
ਹੋਰ ਯੂਪੀ 'ਚ ਜਾਂਦੀ ਉੱਥੇ ਜਾ ਕੇ ਵੈਲਕਮ ਹੋਇਆ, ਗੁਜਰਾਤ 'ਚ ਗਈ ਉੱਥੇ ਵੈਲਕਮ ਹੋਇਆ, ਤੇਲੰਗਾਨਾ 'ਚ ਤੁਸੀਂ ਜਾ ਕੇ ਦੇਖੋ ਕਿਧਰੇ ਇਹਦਾ ਕਿਧਰੇ ਵਾਰਮ ਵੈਲਕਮ ਹੋਇਆ। ਪਰ ਆਪਣੀਆਂ ਸਰਕਾਰਾਂ ਜਿਹੜੀਆਂ ਨੇ, ਮਲਿਕਾ ਇਹੀ ਕਹਿੰਦੀ ਕਿ ਮੈਂ ਕਿਸੇ ਕੋਲ ਸਿੰਪਥੀ ਨਹੀਂ ਲੈਂਦੀ, ਮੈਨੂੰ ਸਿੰਪਥੀ ਨਾ ਦਿਓ ਕਿ ਮੈਂ ਬੋਲਦੀ ਸੁਣਦੀ ਨਹੀਂ ਹੈਗੀ, ਵਿਚਾਰੀ ਵਿਚਾਰੀ ਸ਼ਬਦ ਮੈਨੂੰ ਨਾ ਕੋਈ ਵੀ ਕਵੇ, ਕਿਉਂਕਿ ਮੈਂ ਵਿਚਾਰੀ ਨਹੀਂ ਹੈਗੀ। ਮੈਂ ਆਪਣੇ ਦੇਸ਼ ਲਈ, ਆਪਣੇ ਪੰਜਾਬ ਦੇ ਲਈ ਮੈਡਲ ਲੈ ਕੇ ਆਈ ਹੋਈ ਹਾਂ। ਮੇਰੇ ਮੈਡਲਾਂ ਦਾ ਜੋ ਵੀ ਬੰਦਾ ਹੋਇਆ ਮਾਨ ਸਨਮਾਨ ਹੈ, ਉਹ ਮੈਨੂੰ ਦਿੱਤਾ ਜਾਵੇ, ਜੋ ਕਿ ਮੈਂ ਆਪਣੀ ਜ਼ਿੰਦਗੀ ਔਰ ਆਪਣੀ ਗੇਮ ਨੂੰ ਅੱਗੇ ਵਧਾ ਸਕਾਂ। ਕਿਉਂਕਿ ਮਲਿਕਾ ਨੇ ਹੁਣ 2 ਸਾਲ ਹੋ ਗਏ ਗੇਮ ਖੇਡਣਾ ਬੰਦ ਹੀ ਕੀਤੀ ਹੋਈ ਹੈ, ਕਿ ਉਹ ਜਾ ਨਹੀਂ ਰਹੀ ਕੋਈ ਵੀ ਟੂਰਨਾਮੈਂਟ ਖੇਡਣ ਲਈ। ਹੁਣੇ ਪਿੱਛੇ ਜੀ ਸੰਗਰੂਰ ਦੇ ਵਿੱਚ ਹੋਇਆ ਸੀ, ਮੈਂ ਮਲਿਕਾ ਨੂੰ ਬੜਾ ਕਿਹਾ, ਮੈਂ ਕਿਹਾ ਖੇਡ ਹਾਂ, ਇਹਨੇ ਤਿਆਰੀ ਵੀ ਪੂਰੀ ਕੀਤੀ ਹੋਈ ਸੀ, ਪਰ ਇਨ ਬਿਟਵੀਨ ਸਰਕਾਰ ਦਾ ਕੋਈ ਵਾਅਦਾ ਹੋਇਆ ਸੀ ਕਿ 14-15 ਤਰੀਕ ਨੂੰ ਮੀਤ ਹੇਅਰ ਸਰ ਦੇ ਨਾਲ ਮਿਲਵਾਵਾਂਗੇ। ਉਹ ਜਦੋਂ ਵਾਅਦਾ ਥੋੜ੍ਹਾ ਜਿਹਾ ਟੁੱਟਿਆ ਤਾਂ ਮਲਿਕਾ ਫਿਰ ਮਯੂਸ ਹੋ ਗਈ, ਫਿਰ ਇਹੀ ਕਹਿਣ ਲੱਗ ਪਈ ਕਿ ਮੈਂ ਮੈਡਲ ਲੈ ਵੀ ਆਵਾਂਗੀ ਤਾਂ ਕੀ ਕਰਾਂਗੀ ਉਹਦਾ। ਜਦੋਂ ਮੈਂ ਕਹਿੰਦੀ ਹਾਂ ਇੱਕ ਪਲੇਅਰ ਸੋਚਦਾ ਹੈ ਨਾ ਕਿ ਮੈਂ ਮੈਡਲ ਲਿਆ ਕੇ ਉਹਦਾ ਕੀ ਕਰਨਾ, ਤਾਂ ਤੁਸੀਂ ਵੀ ਸਮਝ ਸਕਦੇ ਹੋ ਕਿ ਅੰਦਰ ਤੱਕ ਕਿੰਨਾ ਕੁ ਟੁੱਟ ਚੁੱਕਾ ਹੈ। ਮਲਿਕਾ ਗਿਵ ਅਪ ਨਹੀਂ ਕਰਨਾ, ਸਾਡੇ ਲਈ ਕੋਈ ਪੋਲਿਸੀ ਨਹੀਂ, ਸਾਨੂੰ ਕੋਈ ਜੋਬ ਨਹੀਂ, ਕੋਈ ਕੈਸ਼ ਅਵਾਰਡ ਨਹੀਂ ਹੈਗਾ, ਤੇ ਅਸੀਂ ਕੀ ਕਰਨਾ ਹੈਗਾ। ਸਾਡੀ ਤਾਂ ਜ਼ਿੰਦਗੀ ਕਹਿੰਦੀ ਖਰਾਬ ਵੀ ਹੈ, ਕਿ ਅਸੀਂ ਇੱਕ ਬੋਲਦੇ ਸੁਣਦੇ ਨਹੀਂ ਹੈਗੇ ਅੱਗੋਂ, ਔਰ ਉੱਤੋਂ ਸਰਕਾਰਾਂ ਧੱਕਾ ਕਰੀ ਜਾਂਦੀਆਂ ਪਈਆਂ ਨੇ। ਤੁਸੀਂ ਦੇਖਦੇ ਹੀ ਪਏ ਹੋ ਸਾਰੀਆਂ ਸਰਕਾਰਾਂ ਨੇ ਇਹਦੇ ਨਾਲ ਧੱਕਾ ਕੀਤਾ। ਸਾਨੂੰ ਬੜੀ ਉਮੀਦ ਸੀ ਆਪਣੇ ਮਾਨਸਰ ਤੋਂ, ਪਰ ਹੁਣ ਅੱਜ 14 ਮਹੀਨੇ ਹੋ ਗਏ ਨੇ, ਉਹ ਵੀ ਉਮੀਦ ਟੁੱਟਦੀ ਨਜ਼ਰ ਆ ਰਹੀ ਹੈ। ਕਿਉਂਕਿ ਬੱਚਾ ਕਿੰਨੀ ਕੁ ਦੇਰ ਤੱਕ ਹੋਪ ਕਰੇਗਾ, ਕਿੰਨਾ ਕੁ ਅਸੀਂ ਉਹਨੂੰ ਐਪਰੀਸ਼ੀਏਟ ਵੀ ਕਰੀ ਜਾਵਾਂਗੇ, ਸਭ ਕੁਛ ਕਰੀ ਜਾਵਾਂਗੇ, ਆਪਣੇ ਖਰਚਿਆਂ 'ਤੇ ਖਡਾਉਂਦੇ ਰਵਾਂਗੇ। ਸਾਡਾ ਵੀ ਇੱਕ ਸਮਝ ਲਓ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਹੈਗੇ ਹਾਂ, ਅੱਗੋਂ ਅਸੀਂ ਬੱਚੀ ਦਾ ਵਿਆਹ ਵੀ ਕਰਨਾ, ਉਹਦਾ ਫਿਊਚਰ ਵੀ ਸੰਵਾਰਨਾ। ਹੁਣ ਬੱਚੀ ਇਹੀ ਕਹਿ ਰਹੀ ਹੈ ਕਿ ਮੈਂ ਗੇਮ ਤਾਂ ਬਿਲਕੁਲ ਛੱਡ ਹੀ ਦਿੱਤੀ ਹੈ, ਔਰ ਬਸ ਮੇਰੇ ਹੁਣ ਫਿਊਚਰ ਵੱਲ ਧਿਆਨ ਦਿਓ, ਮੈਨੂੰ ਕੋਈ ਬਿਜ਼ਨਸ ਜਾਂ ਮੈਨੂੰ ਕੋਈ ਪ੍ਰਾਈਵੇਟ ਨੌਕਰੀ ਕਰਵਾਓ। ਇੱਕ ਖਿਡਾਰੀ ਦੀ ਜ਼ੁਬਾਨ ਹੈ, ਖਿਡਾਰੀ ਦੀ ਮਾਤਾ ਵੱਲੋਂ ਉਹਦੇ ਜਜ਼ਬਾਤਾਂ ਨੂੰ ਤੁਹਾਡੇ ਤੱਕ ਸ਼ਬਦਾਂ ਦੇ ਵਿੱਚੋਂ ਪੇਸ਼ ਕੀਤਾ ਗਿਆ ਹੈ, ਪਰ ਇੱਕ ਚੀਜ਼ ਜ਼ਰੂਰ ਹੈ ਜੋ ਤਰਾਸਦੀ ਹੈ ਕਿ ਮਲਿਕਾ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦਾ, ਪੰਜਾਬੀਆਂ ਦਾ, ਪੰਜਾਬੀਅਤ ਦਾ ਮਾਣ ਰੱਖਿਆ, ਜਿਸ ਤਰੀਕੇ ਦੇ ਨਾਲ ਸਿਰ ਉੱਚਾ ਕੀਤਾ ਦੇਸ਼ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਉਹਦਾ ਮਾਣ ਸਤਿਕਾਰ ਅਧਿਕਾਰ ਮਲਿਕਾ ਨੂੰ ਮਿਲਣਾ ਲਾਜ਼ਮੀ ਹੈ, ਜ਼ਰੂਰੀ ਵੀ ਹੈ। ਮੈਂ ਆਪ ਸਭ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਮਲਿਕਾ ਦਾ ਬਣਦਾ ਮਾਣ ਸਤਿਕਾਰ ਮਲਿਕਾ ਨੂੰ ਮਿਲ ਸਕੇ, ਮਲਿਕਾ ਹੋਰਨਾਂ ਖਿਡਾਰੀਆਂ ਦੇ ਲਈ ਪ੍ਰੇਰਨਾ ਸਰੋਤ ਬਣ ਸਕੇ, ਅਤੇ ਇਹੋ ਜਿਹੇ ਖਿਡਾਰੀ, ਇਹੋ ਜਿਹੀਆਂ ਧੀਆਂ ਆਪਣਾ ਮੈਦਾਨ ਛੱਡ ਕੇ ਘਰੇ ਨਾ ਬੈਠਣ, ਡਰ ਕੇ ਘਰੇ ਨਾ ਬੈਠਣ, ਸਗੋਂ ਇਹਨਾਂ ਨੂੰ ਹੌਸਲਾ ਦੇਣ ਦੀ ਬਹੁਤ ਲੋੜ ਹੈ ਤਾਂ ਜੇ ਅੱਗੇ ਜਾ ਕੇ ਹੋਰ ਮੱਲਾਂ ਮਾਰਨ। ਮੈਂ ਸੁਰਖਾਬ ਆਪਣੇ ਸਹਿਯੋਗੀ ਰਮਣੀਤ ਦੇ ਨਾਲ, ਰੋਜ਼ਾਨਾ ਸਪੋਕਸਮੈਨ ਜਲੰਧਰ।